ਜਦੋਂ ਤੱਕ ਇਸ ਧਰਤੀ ਦੇ ਉੱਤੇ ਇੱਕ ਸਿੱਖ ਵੀ ਜਿਉਂਦਾ ਹੈ ਰੋ ਬਾਹ ਖੜੀ ਕਰਕੇ ਖਾਲਸਾਤਨ ਜ਼ਿੰਦਾਬਾਦ ਕਹਿੰਦਾ ਹੈ ਮੂਵਮੈਂਟ ਜਾਰੀ ਹੈ ਜੰਗ ਜਾਰੀ ਹੈ ਸੰਘਰਸ਼ ਜਾਰੀ ਹੈ ਜਦੋਂ ਸਿੱਖੇ ਸਮਿਦੇਸੀ ਕਿ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਜੇ ਸ਼ਹੀਦੀ ਮਿਲੇ ਤੇ ਇਸ ਤੋਂ ਵੱਡਾ ਹੋਰ ਕੀ ਸਵਾਬ ਰੱਬ ਸਾਡੇ ਦੇ ਉੱਤੇ ਜਿਹੜਾ ਉਸ ਦਾ ਅਜਰ ਹੋ ਸਕਦਾ ਹੈ ਉਹ ਨੇਰੇ ਸਵੇਰੇ ਜਿਹੜੇ ਆਉਂਦੇ ਸੀ ਕਈ ਵਾਰੀ ਪਹੁੰਚ ਵੀ ਨਹੀਂ ਸੀ ਸਕਦੇ ਪਰ ਉਹਨੂੰ ਹੁੰਦਾ ਸੀ ਕਿ ਭਾਈ ਅਸੀਂ ਗੁਰੂ ਦਾ ਧਿਆਨ ਧਰ ਕੇ ਤੁਰੇ ਇਹ ਸ਼ਹੀਦੀ ਮਿਲੀ। ਇਤਨੇ ਕਿਹਾ ਕਿ ਵੀ ਇਹ ਇਹਦੇ ਪਿੱਛੇ ਸਿੱਖ ਲੱਗਦਾ ਹੈ ਕੋਈ। ਉਹਨੇ ਕਿਹਾ ਨਹੀਂ ਨਹੀਂ ਇਹ ਬੜੇ ਬਹਾਦਰ ਲੋਕ ਨੇ ਲੋਕਾੜੇ ਨਹੀਂ ਇਹ ਤਾਂ ਕੋਈ ਹੋਰ ਹੋਣੇ ਨੇ ਉਹ ਨਿਕਲ ਗਏ। ਉਹਨੇ ਗੱਲ ਬਾਬਾ ਬੋਤਾ ਸਿੰਘ ਨੇ ਸੁਣੀ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਸਿੱਖੀ ਤੇ ਹੀ ਸਵਾਲਿਆਂ ਨੇ ਯਾਰ ਲੱਗ ਗਿਆ। ਉਹਨਾਂ ਨੇ ਜਿਹੜਾ ਵੀ ਕੋਈ ਪੀਲਾ ਪਟਕਾ ਉਹਨਾਂ ਦੇ ਕੋਲ ਸੀ ਉਹ ਉਹਨਾਂ ਨੂੰ 당 ਦਿੱਤਾ ਹੈ ਐਲਾਨ ਕਰਤਾ ਵੀ ਖਾਲਸਾ ਰਾਜ ਕਾਇਮ ਹੋ ਗਿਆ ਬਿਲਕੁਲ ਔਰ ਉਹਨਾਂ ਨੇ ਇਹ ਟੈਕਸ ਲਾ ਦਿੱਤਾ ਕਿ ਭਾਈ ਇਨਾ ਇਹ ਗੱਡਾ ਜਾਏਗਾ ਤਾਂ ਇਨਾ ਦੇਣਾ ਪਏਗਾ ਪੈਦਲ ਜਾਏਗਾ ਤਾਂ ਇਨਾ चिट्ठी ਲਿਖੇ ਸਿੰਘ ਬੋਤਾ ਹੱਥ ਵਿੱਚ ਹੈ ਸੋਟਾ ਵਿੱਚ ਰਾਹ ਦੇ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਯੋ ਆਖੇ ਸਿੰਘ ਬੋਤਾ ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਐਨੂਅਲ ਸੈਕਸ਼ਨ ਚ ਪਹੁੰਚ ਚੁੱਕੇ ਹਾਂ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਵੀਅਰਸ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਜਿਹੜੀ ਸੇਕ ਕੌਮ ਹੈ ਇਸ ਵੇਲੇ ਬੜੇ ਹੀ ਨਾਜ਼ੁਕ ਦੌਰ ਚੋਂ ਗੁਜ਼ਰ ਰਹੀ ਹੈ ਸੋ ਇਹ ਸਮਾਂ ਟੈਂ ਦੀ ਕਲਾ ਚ ਨਹੀਂ ਹੈ ਸੋ ਸੇਕ ਕੌਮ 18ਵੀਂ ਸਦੀ ਦੇ ਆਪਣੇ ਜਿਹੜੇ ਕੌਮੀ ਹੀਰੋ ਬਾਬਾ ਬੋਤਾ ਸਿੰਘ ਜੀ ਔਰ ਬਾਬਾ ਗਰਚਾ ਸਿੰਘ ਜੀ ਔਰਾਂ ਦੀ ਸਪਿਰਟ ਤੋਂ ਜਿਹੜੀ ਹੈ ਪ੍ਰੇਰਣਾ ਲੈ ਕੇ ਅੱਗੇ ਵਧਣ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਰਾ ਚਾਹੋਗੇ ਅ ਦੇਖੋ ਅਸੀਂ ਫੇਸਬੁਕ ਤੇ ਜਿਹੜੇ ਸਾਡੇ ਈਵਰਸ ਨੇ ਕਮੈਂਟ ਕੀਤੇ ਨੇ ਉਹਨਾਂ ਨੂੰ ਐਕਨੋਲਡਜ ਕਰਦੇ ਆਂ ਜੀ ਕਰਨ ਜੁਤਕੌਰ ਲਿਖਦੇ ਨੇ ਕੱਲ ਦੀ ਇਕਤਰਤਾ ਸਮੂਹ ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਸੀ ਇਸ ਇਕਤਰਤਾ ਵਿੱਚ ਬਾਦਲਾਂ ਦੇ ਵਿਰੋਧੀ ਵੀ ਸ਼ਾਮਲ ਸਨ ਇਹ ਫੈਸਲੇ ਵੀ ਇਕੱਲੇ ਜਥੇਦਾਰ ਸਾਹਿਬ ਨੇ ਨਹੀਂ ਸਮੂਹ ਸਿੱਖ ਜਥੇਬੰਦੀਆਂ ਤੇ ਸੰਗਤ ਨੇ ਲਏ ਹਨ ਬਿਲਕੁਲ ਇਹ ਆਮ ਕਰਦੇ ਮੁੰਡੇ ਦਾ ਹੰਕਾਰ ਬੋਲ ਰਿਹਾ ਹੈ ਜਾ ਸਿੱਧਾ ਸਿੱਧਾ ਇਹ ਨਹੀਂ ਕਹਿ ਸਕਦਾ ਕਿ ਮੇਰੀ ਡੋਰ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ ਫਿਰ ਪੰਥ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਵੀ ਯਾਦ ਕਰ ਲਵੀ ਜੋ ਵੀ ਹੈ ਇਸ ਵੇਲੇ ਜੋ ਵੀ ਹੈ ਇਸ ਕੋਲੋਂ ਕਿਸੇ ਚੰਗੇ ਫੈਸਲੇ ਦੀ ਉਮੀਦ ਨਹੀਂ ਪੰਥਕ ਜਥੇਬੰਦਿਆਂ ਨੂੰ ਅਗਲੇ ਸੰਘਰਸ਼ ਦੀ ਤਿਆਰੀ ਵਿੱਡ ਦੇਣੀ ਚਾਹੀਦੀ ਹੈ ਭੈਣ ਜੀ ਕਰਨ ਜੋਤ ਕੌਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਫਿਰ ਉਹਨਾਂ ਨੇ ਐਡ ਕੀਤਾ ਸਿੱਖਾਂ ਦਾ ਆਪਣਾ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ ਸੀ ਜੇ ਨਾ ਕਬਜ਼ਾ ਕਰਦੇ ਤਾਂ ਬਾਕੀ ਦਾ ਭਾਰਤ ਸ਼ਾਇਦ ਹਾਲੇ ਵੀ ਅੰਗਰੇਜ਼ਾਂ ਦਾ ਗੁਲਾਮ ਹੋਣਾ ਸੀ ਹਮ ਵੰਡ ਵੇਲੇ ਸਿੱਖ ਤੀਸਰੀ ਧਿਰ ਸਨ ਸਾਡੇ ਬਜ਼ੁਰਗਾਂ ਨੇ ਨਹਿਰੂ ਗਾਂਧੀ ਹੋਰਾਂ ਦੀਆਂ ਗੱਲਾਂ ਵਿੱਚ ਆ ਕੇ ਨਾਲ ਰਹਿਣਾ ਮੰਨ ਕੇ ਬਹੁਤ ਵੱਡੀ ਗਲਤੀ ਗਲਤੀ ਕੀਤੀ ਬਿਲਕੁਲ ਔਰ ਮੈਂ ਅਕਸਰ ਜਦੋਂ ਇਹ ਸ਼ੇਅਰ ਦੁਹਰਾਉਂਦਾ ਹਾਂ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਜਦ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ 61984 ਕਹਿੰਦੇ ਨੇ ਸਿੰਘ ਸਾਹਿਬ ਫਿਊਚਰ ਦਾ ਕੀ ਪਲਾਨ ਹੋਣਾ ਚਾਹੀਦਾ ਹੈ ਸਿੱਖਾਂ ਦਾ ਪੰਜਾਬ ਵਿੱਚ ਇਹ ਅਸੀਂ ਕਿਸੇ ਵੇਲੇ ਫਿਰ ਡਿਸਕਸ ਕਰਾਂਗੇ ਅੱਜ ਇਸ ਵੇਲੇ ਵਕਤ ਦੀ ਵੀ ਘਾਟ ਹੈ ਵੀਰ ਦਰਜੀਤ ਸਿੰਘ ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਗੁਰਨਾਮ ਸਿੰਘ ਗ੍ਰੇਟ ਗ੍ਰੇਟ ਚੈਨਲ ਆਲਵੇਸ ਗ੍ਰੇਟ ਪ੍ਰੋਗਰਾਮ ਗੁਰਨਾਮ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਔਰ ਉਹਨਾਂ ਨੇ ਕਿਹਾ ਕਿ ਮੋਰਾ ਨਹੀਂ ਹੱਥ ਠੋਕਾ ਹਮ ਅਮਿਤ ਸ਼ਾਹ ਦੀ ਬਾਂਦਰੀ ਜਿਹੜੇ ਡੁਗਡੂਗੀ ਤੇ ਨੱਚਦੀ ਬਿਲਕੁਲ ਠੀਕ ਨਾਈਸ ਉਹ ਤਾਂ ਇਕਦਮ ਯਾਦ ਆ ਜਾਂਦਾ ਵੀ ਡੁਗਡੂਗੀ ਤੇ ਬਾਂਦਰੀ ਕਿਵੇਂ ਨੱਚਦੀ ਹੈ ਜੀ ਫਿਰ ਉਹਨਾਂ ਨੇ ਡਾਕਟਰ ਤਰਮਵੀਰ ਗਾਂਧੀ ਦੀ ਸ਼ਲਾਘਾ ਕੀਤੀ ਹੈ ਕਿ ਜਾਗਦੀ ਜਮੀਰ ਸੋਹਣ ਸਿੰਘ ਮਾਲ ਉਹਨਾਂ ਨੇ ਕਿਹਾ ਕਿ ਜੱਤਸਦਾਰ ਹਵਾਰਾ ਕੁਝ ਨਹੀਂ ਬੋਲੇ ਨਹੀਂ ਉਹਨਾਂ ਦੀ ਜੱਤਸਦਾਰ ਹਵਾਰਾ ਦੀ ਕਾਫੀ ਡੀਟੇਲ ਸਟੇਟਮੈਂਟ ਸ਼ੁਰੂ ਚ ਆ ਰਹੀ ਸੀ ਇਸ ਦੇ ਉੱਤੇ ਉਹ ਉਹਨਾਂ ਮਨਜੀਤ ਸਰਨ ਐਵਰੀ ਸੈਕਰੀਟਰੀ ਇਨ ਪੰਜਾਬ ਪੋਲਿਟিক্যাল ਰਿਲੀਜੀਅਸ ਪੰਥਕ ਨੋ ਵਨ ਸਟੈਂਡਿੰਗ ਵਿਦ ਅਰੈਸਟਡ ਯੂਥ ਓਨਲੀ ਗੁਰੂ ਜੀ ਕੈਨ ਹੈਲਪ ਅਸ ਇਹ ਤੁਸੀਂ ਠੀਕ ਹੈ ਸ਼ੁਰੂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਭੈਜਿਆ ਜਾਂ ਦੂਸਰਾ ਸੀ ਲੀਡਰਸ਼ਿਪ ਤਾਂ ਵੈਸੇ ਹੀ ਐਗਜ਼ਿਸਟ ਨਹੀਂ ਕਰਦੀ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਆ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਕਿਹਦੀ ਖੇਡ ਖੇਡ ਰਹੇ ਨੇ ਲੇਕਿਨ ਜਿਵੇਂ ਹਜ਼ਾਰਾਂ ਸਿੱਖ ਸੰਗਤਾਂ ਅਕਾਲ ਤਖਤ ਤੇ ਪਹੁੰਚੀ ਹੈ ਇਹ ਸਾਡੀ ਸਟਰੈਂਥ ਹੈ অর ਆਲਟੀਮੇਟਲੀ ਇਸੇ ਚੋਈ ਸਾਡੀ ਲੀਡਰਸ਼ਿਪ ਵੀ ਬਿਲਟ ਹੋਣੀ ਹੈ ਅੱਛਾ ਔਰ ਫਿਰ ਬੌਬ ਸਿੰਘ ਉਹਨੇ ਲਿਖਿਆ ਵੀ ਮੈਂ ਤੁਹਾਡੇ ਫੋਨ ਨੰਬਰ ਤੇ ਕਾਲ ਕਰ ਰਿਹਾ ਸੀ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਔਰ ਸਾਡੇ ਸਰਦਾਰ ਸਾਹਿਬ ਨੇ ਥੱਲੇ ਲਿਖਿਆ ਕਿ ਜੀ ਪਲੀਜ਼ ਸੈਂਡ ਯੋਰ ਨੰਬਰ ਅ ਅਰਜਨ ਸਿੰਘ ਉਹਨੇ ਖਾਲਸਤਾਨ ਜ਼ਿੰਦਾਬਾਦ ਹਰਜਿੰਦਰ ਸਿੰਘ ਜਸਜੀਤ ਸਿੰਘ ਗੁਰਦੀਪ ਸਿੰਘ ਹਰਮਿੰਦਰ ਮਾਲ ਦਵਿੰਦਰ ਸੰਧੂ ਹਰਕਮਲ ਸਿੰਘ ਬਿਓਲ ਜਗਦੀਪ ਸਿੰਘ ਸੰਧੂ ਗੁਰਸੇਖ ਢੋਲੋਂ ਪੰਜ ਜੀ ਬਲਪ੍ਰੀਤ ਬਲਪ੍ਰੀਤ ਕੌਰ ਸਰਨ ਅਤੇ ਜავੇਦ ਬਾਬਰ ਫਿਰਦੌਸਜੀਤ ਸਿੰਘ ਹੋਰਾਂ ਨੇ ਲਿਖਿਆ ਹੈ ਡਾਕਟਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ 27 ਮਾਰਚ ਨੂੰ ਕਿਹਾ ਸੀ ਕਿ 5 ਲੱਖ ਮੁਸਲਮਾਨ ਪੰਜਾਬ ਵਿੱਚ ਆ ਕੇ ਵੱਸ ਚੁੱਕੇ ਹਨ ਜੋ ਕਿ ਕੋਰਾ ਝੂਠ ਹੈ ਇਹ ਉਹਨਾਂ ਨੇ ਹਿੰਦੂਤਵਾਦ ਦੇ ਦਵਾਹੇ ਹਟਕਿਆ ਜੋ ਵੀ ਬਾਹਰਲੇ ਸੂਬਿਆਂ ਤੇ ਲੋਕਾਂ ਨੂੰ ਪੰਜਾਬ ਵਿੱਚ ਵਸਾਇਆ ਜਾ ਰਿਹਾ ਹੈ ਉਹਨਾਂ ਵਿੱਚ ਬਹੁਤਿਆਰ ਵਿੱਚ ਬਿਹਾਰ ਤੇ ਯੂਪੀ ਦੇ ਹਿੰਦੂ ਹਨ ਮੁਸਲਮਾਨ ਤਾਂ ਬਹੁਤ ਘੱਟ ਹਨ ਉਹ ਸਿੱਧਾ ਵੀ ਕਹਿ ਸਕਦੇ ਸੀ ਕਿ ਬਾਹਰਲੇ ਸੂਬਿਆਂ ਤੋਂ 5 ਲੱਖ ਤੋਂ ਵੀ ਵੱਧ ਲੋਕ ਪੰਜਾਬ ਵਿੱਚ ਵੱਸ ਚੁੱਕੇ ਹਨ ਜਥੇਦਾਰ ਜੀ ਦਾ ਇਹ ਬਿਆਨ ਬਹੁਤ ਸ਼ੱਕੀ ਹੈ ਅਤੇ ਇੱਕ ਦਿਨ ਪਹਿਲਾਂ ਆਈਜੀ ਪੁਲਿਸ ਨਾਲ ਮੀਟਿੰਗ ਵੱਲ ਇਸ਼ਾਰਾ ਕਰ ਦਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹੇ ਮੈਂ ਵੀ ਜਦੋਂ ਸੁਣਿਆ ਤਾਂ ਮੈਂ ਬੈਕ ਕਰਕੇ ਦੁਬਾਰਾ ਦੇਖਿਆ ਮੈਨੂੰ ਲੱਗਦਾ ਹੈ ਕਿ ਇਹ ਸਲਿੱਪ ਆਫ ਟੰਗ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਅੱਗੇ ਇਹਤੇ ਐਲੈਬੋਰੇਟ ਨਹੀਂ ਕੀਤਾ ਹਕੀਕਤ ਇਹ ਹੈ ਕਿ ਜੇ ਈਵਨ ਜਿਹੜੇ ਯੂਪੀ ਬਿਹਾਰ ਵਾਲਿਆਂ ਚੋਂ ਮੁਸਲਮਾਨ ਆ ਕੇ ਵਸਣ ਉਹ ਤਾਂ ਕੋਈ ਹਿੰਦੂਤਵੀਆਂ ਦਾ ਏਜੰਡਾ ਨਹੀਂ ਪਰਸਿਊ ਕਰਦੇ ਇਹ ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਕਿਤੇ ਨਾ ਕਿਤੇ ਜਿਹੜਾ ਉਹ ਸਪਾਰਟ ਨੂੰ ਵੀ ਔਰ ਉਹਨੂੰ ਓਪਨਿੰਗ ਦੇ ਵਿੱਚ ਹੀ ਮਾਈਗ੍ਰੇਸ਼ਨ ਦੇ ਇਸ਼ੂ ਦੀ ਗੱਲ ਕਰਨਾ ਇਹ ਕੋਈ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ ਵਿੱਚ ਵੀ ਫਿੱਟ ਨਹੀਂ ਸੀ ਬੰਦਾ ਔਰ ਇਹ ਫਿਰ ਗੁਰਨਾਮ ਸਿੰਘ ਉਹਨਾਂ ਨੇ ਕਿਹਾ ਇੱਕੋ ਇੱਕ ਪ੍ਰੋਗਰਾਮ ਜਿਹੜਾ ਆਪਣੇ ਨਾਮ ਤੇ ਪੂਰਾ ਪੂਰਾ ਟੁੱਕਦਾ ਹੈ ਸੱਚ ਉਹਨਾਂ ਲਲਜੀਤ ਸਿੰਘ ਉਹਨਾਂ ਨੇ ਫਿਰ ਅੱਗੇ ਲਿਖਿਆ ਪਰ ਮੈਂ ਹੁਣ ਮੀਰ ਫਵਾਦ ਸਾਹਿਬ ਦੀ ਲਖਤ ਜਿਹੜੀ ਆ ਲਾਸਟ ਪੜ ਕੇ ਫਿਰ ਜਾਣਨੇ ਆ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਨੀਲਮ ਬਾਜੀ ਸਤਿ ਸ੍ਰੀ ਅਕਾਲ ਜੀ ਭਾਈ ਅਮਰਤਪਾਲ ਸਿੰਘ ਓਪਨਲੀ ਐਡਵੋਕੇਟਡ ਫਾਰ ਆਜ਼ਾਦੀ ਆਫ ਪੰਜਾਬ ਇਨ ਹਿਸ ਸਪੀਚਸ ਹੀ ਟਾਕਡ ਅਬਾਊਟ ਪ੍ਰੋਬਲਮਸ ਫੇਸਡ ਬਾਈ ਪੰਜਾਬ ਐਂਡ ਹੀ ਡਿਡਨਟ ਇਵਨ ਹੈਜ਼ਿਟੇਟ ਟੂ ਡਾਇਰੈਕਟਲੀ ਟੈਲ ਦਾ ਰੂਲਰਸ ਲਾਈਕ ਸ਼ਾ ਅਬਾਊਟ ਦਾ ਇਨਜਸਟਿਸਿਸ ਐਂਡ ਆਪਰੇਸ਼ਨ ਦੈਟ ਇਜ਼ ਬੀਇੰਗ ਡਨ ਔਨ ਸਿਕਸ ਸਟੇਟਵੇ he said there is one solution to the crisis and that is formation of his six state his own face attitude of uh, talking about tyranny being done by modi shah government is proof of his impeccable bravery bilkul hmm. unhone kya kahe unhone apna bilkul clear rakha hai aur e sach nu muh te kehna e jedi asal bahaduri hai there is a saying in islam a man once asked prophet peace be upon him what is the best jihad the prophet said a word of truth in front of tyrannical ruler unane hazrat nabi sahab nu court karke keha ke bi ek vaar kise ne muhammad sahab nu puchha ke best jihad ki hunda hai to unna da jawab si ke jadon kise zalim badshah de samne ek sachara banda ਸਚਾਈ ਬੋਲਣ ਲਈ ਖਲੋ ਜਾਂਦਾ ਹੈ ਜਾਂ ਉਹ ਸੱਚ ਬੋਲਦਾ ਉਹ ਜਿਹਾਦ ਹੈ ਅੱਛਾ ਔਰ ਇਹ ਉਹਨਾਂ ਨੇ ਕਹਿ ਕੇ ਫਿਰ ਸੋਰਸ ਵੀ ਉਹਦਾ ਕੋਟ ਕੀਤਾ ਕਿ ਮਸਨਦ ਅਹਿਮਦ ਉਹਨਾਂ ਦੀ ਲਿਖਤ ਦਾ ਹੈ ਟੂਡੇ ਵੀ ਡੋਟ ਨੋ ਅਬਾਊਟ ਹਿਮ ਹੀ ਵਾਸ ਔਨ ਪਾਥ ਆਫ ਹਕ ਇਹ ਅਮਰਤਪਾਲ ਸਿੰਘ ਦੇ حوالے ਨਾਲ ਕਿਹਾ ਉਹਨਾਂ ਨੇ ਇਸਲਾਮ ਦੇ حوالے ਨਾਲ ਵੀ ਕਿ ਜਿਹੜਾ ਜਿਹਹਾਦ ਦੇ ਰਸਤੇ ਤੇ ਤੁਰਦਾ ਹੈ ਸੱਚਾ ਕਿ ਇਨਸਾਫ ਤੇ ਉਹ ਕਿਵੇਂ ਸ਼ਹੀਦ ਦਾ ਉਤਪਾ ਪਾਉਂਦਾ ਹੈ ਔਰ ਸਿੱਖੇ ਚ ਵੀ ਬਿਲਕੁਲ ਜਿਹੜਾ ਇਸ ਲਾਈਨ ਦੇ ਉੱਤੇ ਹੀ ਟੂਡੇ ਵੀ ਡੋਟ نو ਅਬਾਊਟ ਅਮਰਿਤਪਾਲ ਸਿੰਘ ਹੀ ਵਾਸ ਔਨ ਪਾਥ ਆਫ ਹਕ ਐਂਡ ਵਨ ਹੂ ਡਾਈਜ਼ ਔਨ ਹਕ ਇਜ਼ ਕਨਸੀਡਰਡ ਟੂ ਹੈਵ ਅਚੇਂਡ ਸ਼ਹੀਦੀ ਥਿਸ ਇਜ਼ ਦਾ ਹਾਈਐਸਟ ਸਟੇਟਸ ਵਨ ਕੈਨ ਬੀ ਗਿਵਨ ਟੂ ਥਿਸ ਇਜ਼ ਦਾ ਹਾਈਐਸਟ ਸਟੇਟਸ ਵਨ ਕੈਨ ਬੀ ਗਿਵਨ ਬਾਈ ਰਬ ਅੱਲਾਹ ਕੇ ਰਬ ਹੋ ਜੇ ਕਿਸੇ ਨੂੰ सब तो उच्चा रुतबा बख्शद तो शहीद है बोथ इन इस्लाम एंड सिखम मार्टियडम इज रैंक्ड एज वन ऑफ द हाइएसट स्टेटस इन फ्रंट ऑफ गॉड विच ए ह्यूमन कैन अचीव ऑन द अर्थ मे गॉड ब्लेस ऑल दो सोल्स ऑफ पंजाब एंड कश्मीर हु आर ऑन द पाथ ऑफ ट्रूथ फाइटिंग इन जस्टिस और हु गॉट मार्टियरड ड्यूरिंग दिस गुड वर्क आमीन बहुत बहुत शुक्रिया, शुक्रिया। आमीर फवाद साहब ਬਹੁਤ ਜਿਹੜਾ ਉਹ ਸਾਡੇ ਗਿਆਨ ਚ ਵੀ ਵਾਧਾ ਕੀਤਾ ਔਰ ਬਾਕੀ ਦਵਿੰਦਰ ਸੰਧੂ ਸੋਨ ਸਿੰਘ ਮਾਹਲ ਊਂਕਾਰ ਸਿੰਘ ਸਾਹਾ ਮਹਿਬੂਬ ਕੁਮਾਨ ਉਹਨਾਂ ਸਾਰਿਆਂ ਦੀਆਂ ਲਿਖਤਾਂ ਵੀ ਨੇ ਮੈਂ ਬਹੁਤ ਵਕਤ ਨਹੀਂ ਇਹਦੇ ਉੱਤੇ ਲਵਾਂਗਾ ਕਿਉਂਕਿ ਕੱਲ ਵੀ ਅਸੀਂ ਇਸ ਟਾਪਿਕ ਨੂੰ ਛੋਣਾ ਚਾਹਿਆ ਸੀ ਔਰ ਸਾਡੇ ਵੀਰ ਨਵਰੂਪ ਸਿੰਘ ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਸੀ ਜੀ ਕਿ ਜ਼ਰੂਰ ਜਦੋਂ ਅੱਜਕੱਲ੍ਹ ਥੋੜਾ ਟੈਂਦੀ ਕਲਾ ਦਾ ਦੌਰ ਦੌਰਾਂ ਚੱਲ ਰਿਹਾ ਹੈ ਕੁਛ ਨਾ ਕੁਛ ਜਿਹੜਾ ਚੜ੍ਹਦੀ ਕਲਾ ਵਾਲਾ ਉਹ ਸਾਂਝਾ ਵੀ ਕੀਤਾ ਜਾਏ ਉਸ ਦੀ ਗੱਲ ਵੀ ਹੋਵੇ ਤੇ ਫਿਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਸਾਨੂੰ ਇਹ ਯਾਦ دہਾਨੀ ਕਰਵਾਉਂਦਾ ਔਰ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਾਂ ਦੇ ਵਿੱਚ ਕਹਿੰਦਾ ਕਿ ਜਦੋਂ ਤੱਕ ਇਸ ਧਰਤੀ ਦੇ ਉੱਤੇ ਇੱਕ ਸਿੱਖ ਵੀ ਜਿਉਂਦਾ ਹੈ ਰੋਬਾਂ ਖੜੀ ਕਰਕੇ ਖਾਲਸਤਾਨ ਜ਼ਿੰਦਾਬਾਦ ਕਹਿੰਦਾ ਮੂਵਮੈਂਟ ਜਾਰੀ ਹੈ ਜੰਗ ਜਾਰੀ ਹੈ ਸੰਘਰਸ਼ ਜਾਰੀ ਹੈ ਔਰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਸ ਸਪਿਰਿਟ ਦੇ ਹੀ ਪ੍ਰਤੀਕ ਸੀ ਹਿਸਟਰੀ ਤੋਂ ਸਾਡੇ ਵੀਰ ਵਾਕਿਫ ਨੇ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਰ ਕਪੂਰ ਸਿੰਘ ਜਦੋਂ ਅਜੇ ਉਹ ਆਪਣੇ ਭਰਾ ਦੇ ਕੋਲ ਜਗਰਾਵਾਂ ਮੂਵ ਨਹੀਂ ਸੀ ਕੀਤੇ ਚੰਡੀਗੜ੍ਹ ਰਹਿੰਦੇ ਸੀ ਉਹਨਾਂ ਦੇ ਡਰਾਇੰਗ ਰੂਮ ਦੀ ਜਿਹੜੀ ਬੈਕ ਕੰਧ ਸੀ ਉਸ ਦੇ ਉੱਤੇ ਇੱਕ ਵੱਡੀ ਪੇਂਟਿੰਗ ਬਾਬਾ ਬੁੱਤਾ ਸਿੰਘ ਬਾਬਾ ਗਰਜਾ ਸਿੰਘ ਦੀ ਬਣੀ ਹੋਈ ਸੀ ਉਹਨਾਂ ਨੇ ਛੋਟੇ ਫੜੇ ਹੋਏ ਨੇ ਔਰ ਉਹ ਟੈਕਸ ਵਸੂਲ ਕਰ ਰਹੇ ਨੇ ਔਰ ਇਨ ਬਰੀਫ ਉਹਨਾਂ ਦਾ ਇਤਿਹਾਸ ਇਹੀ ਹੈ ਕਿ ਇਹ ਉਹ ਜ਼ਮਾਨਾ 18ਵੀਂ ਸਦੀ ਦਾ ਜਦੋਂ ਸਿੱਖ ਲੁਕ ਛਿਪ ਕੇ ਜਿਹੜਾ ਉਹ ਆਪਣੇ ਆਪ ਨੂੰ ਸਰਵਾਈਵ ਕਰਵਾ ਰਹੇ ਸੀ ਤਾਂ ਕਿ ਜੰਗ ਜਾਰੀ ਰਹੇ ਔਰ ਟੰਡੋਰਾ ਪਟਵਾ ਦਿੱਤਾ ਗਿਆ ਸੀ ਕਿ ਪੰਜਾਬ ਚ ਸਿੱਖ ਮੁਕਾਦਤੇ ਨੇ ਇਹ ਦੋਵੇਂ ਗੱਭਰੂ ਇਹ ਜਦੋਂ ਅਸੀਂ ਬਾਬਾ ਕਹਿੰਦੇ ਆ ਬਹੁਤਿਆਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨੇ ਵੱਡੇ 80 90 ਸਾਲ ਦੇ ਹੋਣਗੇ ਜਦੋਂ ਅਸੀਂ ਮਾਈ ਭਾਗੋ ਵੀ ਕਹਿੰਦੇ ਆ ਤਾਂ ਬਹੁਤਿਆਂ ਨੂੰ ਲੱਗਦਾ ਵੀ 70 80 ਸਾਲ ਦੀ ਮਾਤਾ ਜਿਹੜੀ ਹੈ ਮਾਈ ਭਾਗੋ ਵੀ ਯੰਗ ਜਵਾਨ ਜਿਹੜੀ ਹੈ ਘੋੜਸਵਾਰ ਔਰ ਪੂਰਾ ਇਸੇ ਤਰ੍ਹਾਂ ਇਹ ਵੀ ਗੱਭਰੂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਔਰ ਉਸ ਵੇਲੇ ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਵੀ ਮੁਗਲ ਫੌਜਾਂ ਦਾ ਕਬਜ਼ਾ ਸੀ ਉਹ ਕਿਸੇ ਨੂੰ ਜਿਹੜਾ ਉਹ ਸਿੱਖਾਂ ਦਾ ਤਾਂ ਹੈ ਹੀ ਨਹੀਂ ਸੀ ਕਾਬੂ ਕੰਟਰੋਲ ਤਾਂ ਦੂਰ ਦੀ ਗੱਲ ਸਰੋਵਰ 'ਚ ਇਸ਼ਨਾਨ ਕਰਨ ਦਾ ਵੀ ਔਰ ਉਦੋਂ ਸਿੱਖਾਂ ਨੇ ਵੀ ਇਹਨੂੰ ਇੱਕ ਡਿਫੈਂਸ ਦਾ ਤਰੀਕਾ ਬਣਾਇਆ ਹੋਇਆ ਸੀ ਕਿ ਰਾਤ ਬਰਾਤੇ ਹਨੇਰੇ ਸਵੇਰੇ ਸਿੱਖ ਹੋਂਦੇ ਜਿਹੜੇ ਨੇ ਉਹ ਡੁਬਕੀ ਮਾਰ ਕੇ ਇਸ਼ਨਾਨ ਕਰਕੇ ਘੋੜੇ ਤੇ ਨਿਕਲ ਜਾਂਦੇ ਸ਼ਹੀਦ ਵੀ ਹੋ ਜਾਂਦੇ ਪਰ ਇਹ ਉਹੀ ਪੀਰੀਅਡ ਸੀ ਜਦੋਂ ਸਿੱਖੇ ਸਮਝਦੇ ਸੀ ਕਿ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਉੱਤੇ ਜੇ ਸ਼ਹੀਦੀ ਮੇਲੇ ਤੇ ਇਸ ਤੋਂ ਵੱਡਾ ਹੋਰ ਕੀ ਸਵਾਬ ਰੱਬ ਸਾਡੇ ਦੇ ਉੱਤੇ ਜਿਹੜਾ ਉਸ ਦਾ ਅਜਰ ਹੋ ਸਕਦਾ ਸੋ ਉਸ ਪੀਰੀਅਡ ਚ ਜਿਹੜਾ ਫਿਰ ਇਹ ਵੀ ਹੁੰਦਾ ਸੀ ਕਿ ਭਾਈ ਜਿਹੜੇ ਨੇ ਉਹ ਹਨੇਰੇ ਸਵੇਰੇ ਜਿਹੜੇ ਆਉਂਦੇ ਸੀ ਕਈ ਵਾਰ ਇਹ ਪਹੁੰਚ ਵੀ ਨਹੀਂ ਸੀ ਸਕਦੇ ਪਰ ਉਹਨਾਂ ਨੂੰ ਹੁੰਦਾ ਸੀ ਕਿ ਭਾਈ ਅਸੀਂ ਗੁਰੂ ਦਾ ਧਿਆਨ ਧਾਰ ਕੇ ਤੁਰੇ ਇਹ ਸ਼ਹੀਦੀ ਮਿਲੀ ਸੋ ਇਸ ਕਿਸਮ ਦੇ ਮਾਹੌਲ ਜਦੋਂ ਜਥੇ ਤੋਂ ਵਿਛੜੇ ਦੋਸ ਸਿੰਘ ਵੱਡੇ ਜਥੇ ਦਾ ਹਿੱਸਾ ਨਹੀਂ ਸੀ ਕਿਸੇ ਦਾ ਇਹ ਅੰਮ੍ਰਿਤਸਰ ਵੱਲ ਵਧ ਰਹੇ ਸੀ ਔਰ ਵੜੇਵੜੇ ਝਾੜ ਹੁੰਦੇ ਸੀ ਅੱਜ ਵਾਲਾ ਅੰਮ੍ਰਿਤਸਰ ਹੁਣ ਤਾਂ ਜਿਵੇਂ ਉਹ ਸੇਵ ਪੰਜਾਬ ਵਾਲਿਆਂ ਨੇ ਇੱਕ ਪ੍ਰੈਜੈਂਟੇਸ਼ਨ ਚ ਦੱਸਿਆ ਵੀ 97% ਤਾਂ ਜਿਹੜੀ ਆ ਉਹ ਕਲਟੀਵੇਸ਼ਨ ਵਾਲੀ ਲੈਂਡ ਜੰਗਲ ਕਿੱਥੇ ਰਹਿ ਨਹੀਂ ਤਾਂ ਮਾਝੇ ਦੇ ਵਿੱਚ ਵੀ ਔਰ ਦੁਆਬੇ ਚ ਵੀ ਔਰ ਲੈਂਦੇ ਪੰਜਾਬ ਤੇ ਹੈ ਹੀ ਬਾਰਾਂ ਸੀ ਬਹੁਤ ਲੁਕਣ ਦੀਆਂ ਥਾਵਾਂ ਸੀ ਇਸ ਲਈ ਤੁਹਾਡੀ ਜੰਗ ਵੀ جاری ਰਹਿੰਦੀ ਸੀ ਸੋ ਵੱਡੇ ਝਾੜਾਂ ਪਿੱਛੇ ਲੁਕੇ ਹੋਏ ਸੀ ਸਵੇਰ ਦਾ ਵਕਤ ਹੋਣਾ ਸ਼ੁਰੂ ਹੋਇਆ ਰਾਤ ਦੇ ਕਿਉਂਕਿ ਉਹ ਰਾਤਾਂ ਨੂੰ ਤੁਰਦੇ ਸੀ ਜਦੋਂ ਸوير ਚੜਨਾ ਫਿਰ ਲੁੱਕ ਜਾਣਾ ਉਹਨਾਂ ਨੇ ਆਪਣਾ ਕਰਕੇ ਤੇ ਦੋ ਤਿੰਨ ਜਿਹੜੇ ਮੁਸਾਫਰ ਐ ਉਹ ਤੁਰੇ ਜਾਂਦੇ ਸੀ ਕਿਨੇ ਕਿਹਾ ਵੀ ਆ ਝਾੜ ਦੇ ਪਿੱਛੇ ਸਿੱਖ ਇਨਾਮ ਰੱਖੇ ਹੋਏ ਸੀ ਸਿੱਖ ਦਾ ਜਿਹੜਾ ਸਿਰ ਵੱਢ ਕੇ ਲਿਆ ਇਨੇ ਰੁਪਏ ਜਿਉਂਦਾ ਫੜਾਇ ਇਨਾ ਇੱਕ ਨੇ ਕਿਹਾ ਕਿ ਵੀ ਇਹ ਆਬ ਇਹਦੇ ਪਿੱਛੇ ਸਿੱਖ ਲੱਗਦਾ ਕੋਈ ਉਹਨੇ ਕਿਹਾ ਨਹੀਂ ਨਹੀਂ ਇਹ ਬੜੇ ਬਹਾਦਰ ਲੋਕ ਨੇ ਲੋਕੜਾ ਨਹੀਂ ਇਹ ਤਾਂ ਕੋਈ ਹੋਰ ਹੋਣੇ ਨੇ ਉਹ ਨਿਕਲ ਗਏ ਉਹਨੇ ਗੱਲ ਬਾਬਾ ਬੋਤਾ ਸਿੰਘ ਨੇ ਸੁਣੀ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਸਿੱਖੀ ਤੇ ਹੀ ਸਵਾਲੀਆਂ ਨੇ ਯਾਰ ਲੱਗ ਗਿਆ ਹੈ ਵੀ ਇਹ ਤਾਂ ਸਾਨੂੰ ਅਸੀਂ ਕੌਵਰਡ ਹੋ ਗਏ ਡਰਪੋਕ ਹੋ ਗਏ ਸੋ ਉਹਨਾਂ ਨੇ ਬਾਬਾ ਗਰਜਾ ਸਿੰਘ ਜਿਹਨਾਂ ਨੇ ਉਹਨਾਂ ਨੂੰ ਜੁਆਇਨ ਕੀਤਾ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਵੰਗਾਰ ਕੇ ਸ਼ਹੀਦੀ ਪਾਉਣੀ ਔਰ ਤਰਨ ਤਾਰਨ ਰਾਹੀਂ ਅੰਮ੍ਰਿਤਸਰ ਤੋਂ ਤਰਨ ਤਾਰਨ ਔਰ ਲਾਹੌਰ ਨੂੰ ਜਾਣ ਵਾਲੀ ਸੜਕ ਦੇ ਉੱਤੇ ਨੂਰਦੀਨ ਦੀ ਸਰਾਂ ਦੇ ਕੋਲ ਉਹਨਾਂ ਨੇ ਜਿਹੜਾ ਵੀ ਕੋਈ ਪੀਲਾ ਪਟਕਾ ਉਹਨਾਂ ਦੇ ਕੋਲ ਸੀ ਉਹ ਉਹਨਾਂ ਨੇ ਟੰਗ ਦਿੱਤਾ ਹੈ ਐਲਾਨ ਕਰਤਾ ਵੀ ਖਾਲਸਾ ਰਾਜ ਕਾਇਮ ਹੋ ਗਿਆ ਬਿਲਕੁਲ ਔਰ ਉਹਨਾਂ ਨੇ ਇਹ ਟੈਕਸ ਲਾ ਦਿੱਤਾ ਕਿ ਭਾਈ ਇਨਾ ਜੇ ਗੱਡਾ ਜਾਏਗਾ ਤਾਂ ਇਨਾ ਦੇਣਾ ਪਏਗਾ ਪੈਦਲ ਜਾਏਗਾ ਤਾਂ ਇਨਾ ਉਹ ਪਿੱਛੋਂ ਟੈਕਸ ਦੇ ਕੇ ਆਉਂਦੇ ਸੀ ਉਹਨੂੰ ਚੁੰਗੀ ਕਹਿੰਦੇ ਸੀ ਹਮ ਲੇਕਿਨ ਕਈ ਦਿਨ ਲੰਘੇ ਲੋਕ ਵੀ ਦੇ ਹੀ ਗਏ ਉਹਨਾਂ ਨੇ ਕਿਹਾ ਜਿਉ ਖੜੇ ਡੰਡੇ ਲੈ ਕੇ ਜੋ ਵੀ ਖਾਲਸੇ ਦਾ ਰਾਜ ਕਾਇਮ ਹੋ ਗਿਆ ਮੈਂ ਆਸਟ੍ਰੇਲੀਆ ਤੋਂ ਵੀਰ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਅਸੀਂ ਬਹੁਤ ਵਾਰ ਸਿੱਖ ਰਾਜ ਦੀ ਗੱਲ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸਿੱਖ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਉਹਦਾ ਜ਼ਿਕਰ ਕਰਦੇ ਪਰ ਮੈਂ ਕਿਹਾ ਅਸੀਂ ਚਾਰ ਵਾਰ ਰਾਜ ਕੀਤਾ ਕਿ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਰਾਜ ਵੀ ਹੈ ਉਹ ਸਭ ਤੋਂ ਸ਼ਾਰਟ ਟਰਮਡ ਹੈ ਤੇ ਉਹਨਾਂ ਨੇ ਜਿਹੜੀ ਸ਼ਹੀਦੀ ਵੀ ਪਾਈ ਆਪਣੇ ਰਾਜ ਦੀ ਹੱਦ ਚ ਪਾਈ ਹੂੰ ਔਰ ਉਹਨਾਂ ਨੇ ਜਦੋਂ ਕੁਝ ਦਿਨ ਬੀਤ ਗਏ ਔਰ ਉਹਨਾਂ ਨੇ ਦੇਖਿਆ ਕਿ ਵੀ ਲੋਕ ਵੀ ਦੇ ਜਾ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਪੈਸੇ ਇਕੱਠੇ ਕਰਨ ਤਾਂ ਆਏ ਨਹੀਂ ਅੱਜ ਤਾਂ ਸ਼ੀਦੀ ਪੌਣ ਦੱਸਣ ਹੈ ਫਿਰ ਉਹਨਾਂ ਨੇ ਜਿਹੜਾ ਫੋਕਲੋਰ ਦੇ ਵਿੱਚ ਕੁਝ ਚੀਜ਼ਾਂ ਮਸ਼ਹੂਰ ਹੁੰਦੀਆਂ ਨੇ ਲੋਕ ਯਾਦਾਂ 'ਚ ਉਹਨਾਂ ਨੇ ਜਿਹੜਾ ਖਾਨ ਬਹਾਦਰ ਸੀ ਉਹਨੂੰ ਚਿੱਠੀ ਲਿਖੀ ਲਾਹੌਰ 'ਚ ਚਿੱਠੀ 'ਚ ਕੀ ਹੋਇਆਗਾ ਪਤਾ ਨਹੀਂ ਪਰ ਜਿਹੜਾ ਲੋਕ ਯਾਦਾਂ ਦੇ ਵਿੱਚ ਹੈ ਉਹਦੇ 'ਚ ਉਹਨਾਂ ਨੇ ਲਿਖਿਆ ਚਿੱਠੀ ਲਿਖੇ ਸਿੰਘ ਬੋਤਾ ਹੱਥ ਵਿੱਚ ਐ ਸੋਟਾ ਵਿੱਚ ਰਾਹ ਦੇ ਖਲੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਲਾਇਆ ਖੋਤਾ ਆਖੋ ਭਾਬੀ ਖਾਨੋ ਨੂੰ ਜੋ ਆਖੇ ਸਿੰਘ ਬੋਤਾ ਹੁਣ ਜਿਹੜੀ ਖਾਨ ਬਹਾਦਰ ਦੀ بیگم ਸੀ ਜਿਹੜੀ ਉਹ ਉਸ ਪਿੰਡ ਵਿਆਹੀ ਹੋਈ ਸੀ ਜਿੱਥੋਂ ਦੇ ਪਾਈ ਬੋਤਾ ਸਿੰਘ ਸੀ ਸੋ ਹੁਣ ਇਹ ਕਹਿਣਾ ਭੀ ਭਾਬੀ ਹੈ ਔਰ ਇਹ ਦਾ ਪੰਜਾਬੀ ਫੋਕਲੋਰ ਚ ਹੋਰ ਵੀ ਦਾ ਨਿਕਲਦਾ ਹੈ ਹੁਣ ਉਹਨਾਂ ਨੇ ਵੰਗਾਰਿਆ ਉਹਨੂੰ ਖਾਨੂ ਨੂੰ ਖਾਨ ਬਹਾਦਰ ਨੂੰ ਉਹਨਾਂ ਨੇ ਕਿਹਾ ਵੀ ਰਾਜ ਕਾਇਮ ਕਰਤਾ ਅਸੀਂ ਟੈਕਸ ਲਾਇਆ ਹੋਇਆ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਖੋਤੇ ਦੇ ਉੱਤੇ ਪੈਸਾ ਟੈਕਸ ਹੈ ਹੁਣ ਭਾਬੋ ਨੂੰ ਕਹੋ ਆਖੋ ਜਿਹੜੀ ਹੈ ਭਾਬੀ ਖਾਨੂ ਨੂੰ ਯੋ ਆਖੇ ਸਿੰਘ ਬੁੱਤਾ ਹੁਣ ਜਿਹੜਾ ਉਹ ਪਾਛੜਾ ਪੈ ਗਈਆਂ ਉਹਨਾਂ ਨੇ ਆਪਣਾ ਚਾੜਿਆ ਪੂਰਾ ਲਾਮ ਰਸ਼ਕਰ 100 ਦੇ ਕਰੀਬ ਘੋੜਸਵਾਰ ਆਏ ਪਿੱਠਾ ਇਹਨਾਂ ਨੇ ਜੋੜ ਲਈ ਹੈ ਔਰ ਫਿਰ ਜੂਝਦੇ ਆ ਜਿਹੜੀ ਹੈ ਆਪਣੇ ਰਾਜ ਦੀ ਹੱਦ ਦੇ ਅੰਦਰ ਸ਼ਹੀਦੀ ਪਾਈ ਸੋ ਇਹ ਜਦੋਂ ਸਰਖਪੂਰ ਸਿੰਘ ਨੂੰ ਸਿੱਖਿਆ ਜੀ ਤੁਸੀਂ ਇੰਨੀ ਹਿਸਟਰੀ ਚੋਂ ਇਹੀ ਚੁਣੇ ਨੇ ਜਿਹੜ ਨੂੰ ਤੁਸੀਂ ਇਹਨਾਂ ਦੀ ਉਹਨਾਂ ਨੇ ਕਿਹਾ ਵੀ ਇਹ ਜਦੋਂ ਤੱਕ ਇਹ ਸਪਿਰਟ ਕਾਇਮ ਹੈ ਨਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਜੀ ਗੁਰੂ ਕਲਗੀਧਰ ਦਾ ਪੰਥ ਹਮੇਸ਼ਾ ਚੜ੍ਹਦੀ ਕਲਾ ਜਾਇਦਾ ਔਰ ਮੈਂ ਈਵਨ ਕੱਲੇ ਦੇ ਪਿਛਲੇ ਦਿਨਾਂ ਚ ਇੱਕ ਨਿਹੰਗ ਸਿੰਘਾਂ ਦੇ ਪਰਥਾਏ ਗੱਲ ਸ਼ੁਰੂ ਹੋਈ ਮੈਂ ਕਿਹਾ ਜੀ ਗਿਣਤੀ ਸਵਾ ਲੱਖ ਤੋਂ ਸ਼ੁਰੂ ਹੁੰਦੀ ਐ ਤੇ ਦੋ ਹੋਏ ਤੇ ਢਾਈ ਲੱਖ ਉਹਨੇ ਮੈਨੂੰ ਰੋਕ ਹਾਂ ਲੰਗਰ ਛਕ ਰਹੇ ਸੀ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਤੇ ਦੋ ਪ੍ਰਸ਼ਾਦ ਦੇ ਦੇਣ ਲੱਗੇ ਮੈਂ ਕਿਹਾ ਜੀ ਸਵਾ ਲੱਖ ਢਾਈ ਲੱਖ ਨਹੀਂ ਹੂੰ ਉਹਨਾਂ ਨੇ ਇੱਕ ਦਿੱਤਾ ਉਹ ਮੇਰੇ ਨਾਲ ਜਿਹੜੇ ਸਿੰਘ ਸੀ ਉਹ ਕਹਿੰਦਾ ਜੀ ਵੈਸੇ ਗਿਣਤੀ ਤਾਂ ਸ਼ੁਰੂ ਹੁੰਦੀ ਸਵਾ ਲੱਖ ਤੋਂ ਪਰ ਅੱਗੋਂ ਗਿਣਤੀ ਸਿੱਧੀ ਹੋ ਜਾਂਦੀ ਦੋ ਨੂੰ ਫਿਰ 2 ਲੱਖ ਹੀ ਕਹਿੰਦੇ ਨੇ 3 ਲੱਖ ਤੇ ਮੈਂ ਬਾਅਦ ਜਾ ਕੇ ਸੋਚਿਆ ਉਹ ਕਹਿੰਦਾ ਫਿਰ ਇਹ ਨਹੀਂ ਹੁੰਦਾ ਸਵਾ ਢਾਈ ਪੌਣੇ ਚਾਰ ਇਵੈਨ ਨਹੀਂ ਗਿਣਤੀ ਚੱਲਦੀ ਤੈਨੂੰ ਮਨ ਨੂੰ ਆਇਆ ਮੈਂ ਕਿਹਾ ਵੀ ਓਹੋ ਇਹ ਤਾਂ ਇਵਨ ਮੋਰ ਇੰਪੋਰਟੈਂਟ ਹੈ ਕਿ ਸਵਾ ਲੱਖ ਦੀ ਸਪਿਰਟ ਤੋਂ ਸਵਾ ਲੱਖ ਤੋਂ ਵੱਡਾ ਕੋਈ ਨਹੀਂ ਫਿਰ ਜਿਹੜੇ ਜੁਆਇਨ ਕਰਨਗੇ ਉਹ ਦੋ ਤਿੰਨ ਉਹ ਨਾਰਮਲ ਗਿਣਤੀ 'ਚ ਹੀ ਆਣਗੇ ਔਰ ਜਦੋਂ ਕੋਈ ਵੀ ਇੱਕ ਕੱਲਾ ਸਿੰਘ ਖਲੋ ਜਾਂਦਾ ਕਿਸੇ ਗੱਲ ਦੇ ਉੱਤੇ ਸਟੈਂਡ ਲੈ ਕੇ ਉਹ ਘਣਤੀ ਦੇ ਵਿੱਚ ਵੀ ਭਾਰੀ ਹੁੰਦਾ ਉਹਨੂੰ ਤਾਂ ਸਵਾਇਆ ਜਿਹੜਾ ਉਹ ਰਤਬਾ ਹਾਸਲ ਹੁੰਦਾ ਸੋ ਇਹੀ ਸਾਡੀ ਸਪਿਰਿਟ ਹੋਣੀ ਚਾਹੀਦੀ ਹੈ ਔਰ ਅਸੀਂ ਜਿੱਤਾਂਗੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਗਾਤਾ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਾਤਨ ਲਿਬਰੇਟ ਹੋਏਗਾ ਖਾਲਸਤਾਨ ਜ਼ਿੰਦਾਬਾਦ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸ ਨਾਲ ਆਪਣੇ ਵੀਵਰਜ਼ ਕੋਲ ਨੇ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਇਸ ਪਤੇ ਤੇ ਐਸਓਐਸ ਆਰਟੀਵੀ ਦੀ ਫੋਟਾ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਦੀ ਫੋ ਪੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ